ਮਾਪਿਆਂ ਦੇ ਲਈ ਜ਼ਰੂਰੀ ਸੂਚਨਾ ਹੈ ਤਾਂ ਕੇਂਦਰ ਸਰਕਾਰ ਦੇ ਵੱਲੋਂ ਬੱਚੇ ਦੇ ਜਨਮ ਸਰਟੀਫਿਕੇਟ ਨੂੰ ਲੈ ਕੇ ਵੱਡੇ ਬਦਲਾਅ ਕੀਤੇ ਗਏ ਨੇ। ਇਹ ਧਰਮ ਸੰਬੰਧੀ ਬਦਲਾਅ ਕੇਂਦਰ ਸਰਕਾਰ ਨੇ ਕੀਤੇ ਨੇ ਤਾਂ ਬੱਚੇ ਦੇ ਜਨਮ ਸਰਟੀਫਿਕੇਟ ਦੇ ਉੱਤੇ ਆਮ ਤੌਰ 'ਤੇ ਅਸੀਂ ਵੇਖਦੇ ਹਾਂ ਕਿ ਸਿਰਫ ਪਿਤਾ ਦਾ ਧਰਮ ਹੀ ਮੈਂਸ਼ਨ ਹੁੰਦਾ ਹੈ, ਪਰ ਹੁਣ ਕੇਂਦਰ ਸਰਕਾਰ ਨੇ ਬਦਲਾਅ ਕੀਤਾ ਹੈ ਅਤੇ ਹੁਣ ਮਾਂ ਅਤੇ ਪਿਤਾ ਦੋਵਾਂ ਦੇ ਵੱਖਰੇ ਧਰਮ ਜਿਹੜੇ ਹੈ ਉਹ ਬੱਚੇ ਦੇ ਜਨਮ ਸਰਟੀਫਿਕੇਟ ਦੇ ਉੱਤੇ ਲਿਖੇ ਜਾਣਗੇ। ਤਾਂ ਵੱਡਾ ਬਦਲਾਅ ਕੇਂਦਰ ਸਰਕਾਰ ਦੇ ਵੱਲੋਂ ਬੱਚੇ ਦੇ ਜਨਮ ਸਰਟੀਫਿਕੇਟ ਨੂੰ ਲੈ ਕੇ ਕੀਤਾ ਗਿਆ ਹੈ। ਇਹਨਾਂ ਨਿਯਮਾਂ ਨੂੰ ਲਾਗੂ ਹੋਣ ਤੋਂ ਪਹਿਲਾਂ ਸੂਬਾ ਸਰਕਾਰ ਨੂੰ ਅਪਣਾਉਣ ਦੇ ਲਈ ਨੋਟੀਫਾਈ ਕਰਨਾ ਜ਼ਰੂਰੀ ਹੋਵੇਗਾ। ਤਾਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਬੱਚੇ ਦੇ ਜਨਮ ਸਰਟੀਫਿਕੇਟ ਨੂੰ ਲੈ ਕੇ ਨਵਾਂ ਮਾਡਲ ਤਿਆਰ ਕੀਤਾ ਹੈ। ਇਸ ਅਨੁਸਾਰ ਹੁਣ ਬੱਚੇ ਦੇ ਜਨਮ ਰਜਿਸਟ੍ਰੇਸ਼ਨ ਸਮੇਂ ਮਾਂ ਅਤੇ ਪਿਤਾ ਦੋਵਾਂ ਦਾ ਵੱਖਰਾ ਧਰਮ ਦਰਜ ਕੀਤਾ ਜਾਵੇਗਾ, ਯਾਨੀ ਬੱਚੇ ਦਾ ਜਨਮ ਸਰਟੀਫਿਕੇਟ ਦੇ ਉੱਤੇ ਮਾਂ ਅਤੇ ਪਿਤਾ ਦੋਵੇਂ ਦਾ ਧਰਮ ਲਿਖਿਆ ਹੋਵੇਗਾ। ਇਹਨਾਂ ਨਿਯਮਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਸੂਬਾ ਸਰਕਾਰ ਦੇ ਵੱਲੋਂ ਇਹਨਾਂ ਨੂੰ ਅਪਣਾਉਣ ਦੇ ਉੱਤੇ ਨੋਟੀਫਾਈ ਕਰਨਾ ਹੋਵੇਗਾ। ਭਾਰਤ ਦੇ ਵਿੱਚ ਮੌਜੂਦਾ ਪ੍ਰਥਾ ਦੇ ਵਿੱਚ ਸਿਰਫ ਬੱਚੇ ਦੇ ਪਰਿਵਾਰ ਭਾਵ ਪਿਤਾ ਦਾ ਹੀ ਧਰਮ ਦਰਜ ਕੀਤਾ ਜਾਂਦਾ ਹੈ ਅਤੇ ਹੁਣ ਕੇਂਦਰ ਨੇ ਇਸ ਵਿੱਚ ਬਦਲਾਵ ਕੀਤਾ ਹੈ ਅਤੇ ਕੇਂਦਰ ਦੇ ਵੱਲੋਂ ਕਿਹਾ ਗਿਆ ਹੈ ਕਿ ਹੁਣ ਵੱਖਰਾ ਮਾਂ ਦਾ ਵੀ ਧਰਮ ਜਿਹੜਾ ਹੈ ਉਹ ਲਿਖਿਆ ਜਾਵੇਗਾ, ਤਾਂ ਦੋਵੇਂ ਮਾਤਾ ਪਿਤਾ ਦਾ ਧਰਮ ਵੱਖੋ ਵੱਖਰਾ ਲਿਖਿਆ ਜਾਵੇਗਾ। ਇਹਨਾਂ ਨਿਯਮਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਸੂਬਾ ਸਰਕਾਰਾਂ ਦੇ ਵੱਲੋਂ ਇਹਨਾਂ ਨੂੰ ਅਪਣਾਉਣ ਦੇ ਉੱਤੇ ਨੋਟੀਫਾਈ ਕਰਨਾ ਹੋਵੇਗਾ। ਭਾਰਤ ਦੇ ਵਿੱਚ ਮੌਜੂਦ ਪ੍ਰਥਾ ਦੇ ਵਿੱਚ ਸਿਰਫ ਬੱਚੇ ਦੇ ਪਿਤਾ ਦਾ ਹੀ ਜ਼ਿਆਦਾਤਰ ਧਰਮ ਦਰਜ ਕੀਤਾ ਜਾਂਦਾ। ਹਾਲਾਂਕਿ ਸੂਬਿਆਂ ਨੇ ਅਜੇ ਤੱਕ ਨਵੇਂ ਨਿਯਮਾਂ ਨੂੰ ਨੋਟੀਫਾਈ ਨਹੀਂ ਕੀਤਾ ਹੈ ਅਤੇ ਕੀ ਕੁਛ ਖਾਸ ਬਦਲਾਵ ਹੋਣ ਜਾ ਰਿਹਾ ਇਹਨਾਂ ਨਿਯਮਾਂ ਦੇ ਵਿੱਚ, ਤਾਂ ਇਸ ਵਿੱਚ ਹੈ ਕਿ ਹੁਣ ਸਰਕਾਰ ਦੇ ਵੱਲੋਂ ਪ੍ਰਸਤਾਵ ਫਾਰਮ ਨੰਬਰ 1 'ਚ ਜਨਮ ਰਿਪੋਰਟ ਦੇ ਵਿੱਚ ਬੱਚੇ ਦੇ ਧਰਮ ਦੇ ਲਈ ਟਿਕ ਮਾਰਕ ਦੀ ਚੋਣ ਦੇ ਲਾਜ਼ਮੀ ਕਾਲਮ ਦਾ ਵਿਸਤਾਰ ਕੀਤਾ ਗਿਆ ਹੈ, ਜਿਸ ਵਿੱਚ ਹੁਣ ਪਿਤਾ ਦਾ ਧਰਮ ਅਤੇ ਮਾਂ ਦਾ ਧਰਮ ਸ਼ਾਮਿਲ ਹੋਵੇਗਾ। ਧਰਮ ਦਾ ਜ਼ਿਕਰ ਦੋਵੇਂ ਦੇ ਲਈ ਵੱਖੋ ਵੱਖਰੇ ਤੌਰ ਦੇ ਉੱਤੇ ਕੀਤਾ ਜਾਵੇਗਾ। ਗੋਦ ਲੈਣ ਵਾਲੇ ਬੱਚੇ ਦੇ ਮਾਪਿਆਂ ਦੇ ਲਈ ਵੀ ਇਸੇ ਤਰ੍ਹਾਂ ਦਾ ਬਦਲਾਅ ਕੀਤੇ ਗਏ ਨੇ। ਪਿਛਲੇ ਸਾਲ 11 ਅਗਸਤ ਨੂੰ ਸੰਸਦ ਵਿੱਚ ਪਾਸ ਕੀਤੇ ਜਨਮ ਅਤੇ ਮੌਤ ਸੋਧ ਐਕਟ 2023 ਦੀ ਰਜਿਸਟ੍ਰੇਸ਼ਨ ਦੇ ਅਨੁਸਾਰ ਰਾਸ਼ਟਰੀ ਪੱਧਰ ਦੇ ਉੱਤੇ ਜਨਮ ਅਤੇ ਮੌਤ ਦੇ ਡਾਟਾਬੇਸ ਨੂੰ ਬਣਾਇਆ ਕੇ ਰੱਖਿਆ ਜਾਵੇਗਾ। ਇਸ ਦੀ ਵਰਤੋਂ ਹੋਰ ਡਾਟਾਬੇਸ ਜਿਵੇਂ ਕਿ ਰਾਸ਼ਟਰੀ ਆਬਾਦੀ ਰਜਿਸਟ੍ਰੇਸ਼ਨ, ਵੋਟਰ ਸੂਚੀ, ਆਧਾਰ ਨੰਬਰ, ਰਾਸ਼ਨ ਕਾਰਡ, ਪਾਸਪੋਰਟ, ਡਰਾਈਵਿੰਗ ਲਾਇਸੈਂਸ, ਜਾਇਦਾਦ ਰਜਿਸਟ੍ਰੇਸ਼ਨ ਦੇ ਲਈ ਕੀਤਾ ਜਾ ਸਕਦੀ ਹੈ। ਪਿਛਲੇ ਇੱਕ ਸਾਲ 1 ਅਕਤੂਬਰ ਨੂੰ ਲਾਗੂ ਹੋਏ ਕਾਨੂੰਨ ਦੇ ਅਨੁਸਾਰ ਦੇਸ਼ ਦੇ ਸਾਰੇ ਰਿਪੋਰਟ ਕੀਤੇ ਗਏ ਜਨਮ ਅਤੇ ਮੌਤਾਂ ਨੂੰ ਕੇਂਦਰ ਅਤੇ ਸਿਵਲ ਰਜਿਸਟ੍ਰੇਸ਼ਨ ਸਿਸਟਮ ਪੋਰਟਲ ਰਾਹੀਂ ਡਿਜੀਟਲ ਰੂਪ ਦੇ ਵਿੱਚ ਰਜਿਸਟਰ ਕੀਤਾ ਜਾਣਾ ਹੈ। ਕਿੱਥੇ ਕਿੱਥੇ ਬਰਥ ਸਰਟੀਫਿਕੇਟ ਦਾ ਇਸਤੇਮਾਲ ਹੁੰਦਾ ਹੈ ਭਾਰਤ ਦੇ ਵਿੱਚ, ਤਾਂ ਇਸ ਪ੍ਰਣਾਲੀ ਦੇ ਤਹਿਤ ਕੀਤੀ ਗਈ ਡਿਜੀਟਲ ਜਨਮ ਸਰਟੀਫਿਕੇਸ਼ਨ ਵਿੱਦਿਅਕ ਸੰਸਥਾਵਾਂ ਦੇ ਵਿੱਚ ਦਾਖਲਾ ਲੈਣ ਸਮੇਤ ਵੱਖ ਵੱਖ ਸੰਸਥਾਵਾਂ ਦੇ ਸੇਵਾਵਾਂ ਦੇ ਲਈ ਜਨਮ ਮਿਤੀ ਸਾਬਤ ਕਰਨ ਦੇ ਲਈ ਦਸਤਾਵੇਜ਼ ਬਣਾਇਆ ਜਾਵੇਗਾ। ਨਵੇਂ ਖਰੜੇ ਦੇ ਅਨੁਸਾਰ ਕਿਸੇ ਵੀ ਜਨਮ ਰਜਿਸਟ੍ਰੇਸ਼ਨ ਦੇ ਦੋ ਹਿੱਸੇ ਹੁੰਦੇ ਨੇ, ਕਾਨੂੰਨੀ ਜਾਣਕਾਰੀ ਅਤੇ ਅੰਕੜਾ ਜਾਣਕਾਰੀ। ਅੰਕੜਿਆਂ ਦੀ ਜਾਣਕਾਰੀ ਦੇ ਲਈ ਮਾਤਾ ਪਿਤਾ ਦੇ ਧਰਮ ਬਾਰੇ ਜਾਣਕਾਰੀ ਬਣਾਈ ਰੱਖਣੀ ਹੁੰਦੀ ਹੈ। ਕਾਨੂੰਨੀ ਜਾਣਕਾਰੀ ਨਾਲ ਸੰਬੰਧਿਤ ਜਨਮ ਰਜਿਸਟਰ ਫਾਰਮ ਦਾ ਵਿਸਤਾਰ, ਆਧਾਰ ਨੰਬਰ ਅਤੇ ਮਾਤਾ ਪਿਤਾ ਦੋਵਾਂ ਦੇ ਮੋਬਾਈਲ ਅਤੇ ਈਮੇਲ ਆਈਡੀ ਦਾ ਜ਼ਿਕਰ ਹੁੰਦੇ ਹਨ। ਉਹਨਾਂ ਦਾ ਵੀ ਰਿਕਾਰਡ ਜਿਹੜਾ ਹੈ ਤਿਆਰ ਕਰਨ ਨੂੰ ਕਿਹਾ ਜਾਂਦਾ ਹੈ। ਤਾਂ ਵੱਡਾ ਅਪਡੇਟ ਕੇਂਦਰ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ। ਤਾਂ ਕੇਂਦਰ ਸਰਕਾਰ ਦੇ ਵੱਲੋਂ ਸਾਫ਼ ਤੌਰ ਦੇ ਉੱਤੇ ਕਹਿ ਦਿੱਤਾ ਗਿਆ ਹੈ ਕਿ ਹੁਣ ਜਿਹੜਾ ਵੀ ਬੱਚੇ ਦਾ ਜਨਮ ਸਰਟੀਫਿਕੇਟ ਬਣੇਗਾ ਉਸ ਸਰਟੀਫਿਕੇਟ ਦੇ ਵਿੱਚ ਪਿਤਾ ਅਤੇ ਮਾਂ ਦੋਵਾਂ ਦਾ ਵੱਖੋ ਵੱਖਰੇ ਧਰਮ ਦਾ ਜ਼ਿਕਰ ਹੋਵੇਗਾ। ਇੱਕ ਕੋਲਮ ਦਾ ਵਿਸਤਾਰ ਬਰਥ ਸਰਟੀਫਿਕੇਟ ਦੇ ਵਿੱਚ ਕੀਤਾ ਜਾਵੇਗਾ। ਇਸ ਵਿੱਚ ਸਾਫ਼ ਤੌਰ ਦੇ ਉੱਤੇ ਮੈਂਸ਼ਨ ਕੀਤਾ ਜਾਵੇਗਾ ਪਿਤਾ ਦਾ ਜਿਹੜਾ ਕੀ ਧਰਮ ਹੈ, ਮਾਤਾ ਦਾ ਕੀ ਧਰਮ ਹੈ। ਹਾਲਾਂਕਿ ਪਹਿਲਾਂ ਇਹ ਹੁੰਦਾ ਸੀ ਸਿਰਫ ਪਿਤਾ ਦਾ ਧਰਮ ਹੀ ਮੈਂਸ਼ਨ ਜਨਮ ਸਰਟੀਫਿਕੇਟ 'ਤੇ ਹੁੰਦਾ ਸੀ, ਪਰ ਹੁਣ ਕੇਂਦਰ ਵਿਸਤਾਰ ਜਿਹੜਾ ਹੈ ਬਦਲਾਵ ਲੈ ਕੇ ਆ ਰਿਹਾ। ਕੇਂਦਰ ਸਰਕਾਰ ਹੁਣ ਜਨਮ ਸਰਟੀਫਿਕੇਟ ਦੇ ਵਿੱਚ ਮਾਂ ਅਤੇ ਪਿਤਾ ਦੋਵਾਂ ਦੇ ਵੱਖੋ ਵੱਖਰੇ ਧਰਮ ਦਾ ਕੋਲਮ ਲੈ ਕੇ ਆ ਰਿਹਾ। ਇਸ ਬਾਬਤ ਤੁਹਾਡੀ ਕੀ ਰਾਏ ਹੈ, ਕਮੈਂਟ ਦੇ ਜ਼ਰੀਏ ਪ੍ਰਤੀਕਿਰਿਆ ਦੇ ਸਕਦੇ ਹੋ। ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ।